जो लिख दे नहीं तू अपने रब के फजल न चला तेरे लिए जरूर अजर ए बे औख जरूर तू अखलाक के उच्चे मरतबे उत्ते सो हने तू भी देख लेंगा तो भी वेख लैंडेड़ा तुसा विचो चला है ਜ਼ਰੂਰ ਤੇਰੇ ਰੱਬ ਨੂੰ ਇਹ ਖੂਬ ਮਾਲੂਮ ਜਿਹੜਾ ਭੁੱਲਾ ਏ ਉਹਦੇ ਰਾਂ ਤੇ ਉਹੋ ਖੂਬ ਜਾਣਦਾ ਹੈ ਰੱਬ ਪਿਆ ਹੋਇਆਂ ਨੂੰ ਸੋ ਤੂੰ ਦਾਦੇ ਵਿੱਚ ਨਾ ਆ ਚਠਾਣ ਵਾਲਿਆਂ ਦੇ ਚਾਹਦੇ ਨਹੀਂ ਕਿਸੇ ਤਰ੍ਹਾਂ ਤਬਲੀਗ ਕਰਨ ਤੋਂ ਠਿਲਾਉਂ ਮੈਂ ਤਾਂ ਉਹ ਵੀ ਠੱਲੇ ਹੋਵਣ ਮੁਖਾਲਫ ਕਰਨ ਤੋਂ ਤੇ ਹਰ ਗਿਜ ਨਾ ਆਖੇ ਲੱਗ ਕਿਸੇ ਬਹੁਤੀਆਂ ਕਸਮਾਂ ਖਾਣ ਵਾਲੇ ਬੇਕਦਰੇ ਦੇ ਮੈਨੇ ਬਾਦ ਚੁਗਲੀ ਕਰਦੇ ਫਿਰਦੇ ਦੇ ਭਲੇ ਕੰਮੋ ਬਹੁਤ ਮਨਾ ਕਰਨ ਵਾਲੇ ਹਦੋਂ ਟਪਣੇ ਪਾਪੀ ਦੇ ਬੜੇ ਕਰਖਤ ਦੇ ਇਸ ਸਭ ਦੇ ਪਿੱਛੋਂ ਬਦ ਅਸਲ ਦੇ ਇਸ ਵਾਸਤੇ ਜੋ ਹੈ ਮਾਲ ਤੇ ਪੁੱਤੜਾਂ ਵਾਲਾ ਜਦ ਪੜੀ ਉਹਦੇ ਅੱਗੇ ਸਾਡੀਆਂ ਆ ਤਾਂ ਆਖੇ ਇਹ ਕਾਣੀਆਂ ਨੇ ਅਗਲੀਆਂ ਦੀਆਂ ਸੁਣੇ ਅਸੀਂ ਦਮ ਲਾਵਾਂਗੇ ਉਸ ਨੂੰ ਸੁਣਨੀ ਉੱਤੇ ਹਾਂ ਇਹਨਾਂ ਮੱਕੇ ਵਾਲਿਆਂ ਨੂੰ ਅਜ਼ਮਾਇਆ ਹੈ ਜਿਉਂ ਅਸਾਂ ਅਜ਼ਮਾਇਆ ਸੀ ਇੱਕ ਬਾਗ ਵਾਲਿਆਂ ਨੂੰ ਜਦ ਸੋਂ ਖਾਦੀਆਂ ਨੇ ਜ਼ਰੂਰ ਮੇਵਾ ਤੋੜਨਗੇ ਉਸ ਦਾ ਸਵੈਰ ਹੁੰਦਿਆਂ ਇਨਸ਼ਾਅੱਲਾ ਨਹੀਂ ਸੁਣਿਆ ਆਖੇ ਫਿਰ ਫੇਰਾ ਪਾਇਆ ਉਸ ਬਾਗ ਉੱਤੇ ਕੋਈ ਫੇਰੀ ਵਾਲਾ ਤੇਰੇ ਰੱਬ ਵੱਲ ਆਇਆ ਤੇ ਉਹ ਸੁੱਤੇ ਪਏ ਰਹੇ ਫਿਰ ਸਵੇਰ ਤੱਕ ਹੋ ਗਿਆ ਜੂ ਮੇਵਾ ਟੁੱਟ ਚੁਕਾ ਡਾੜ ਪਈ ਸਵੇਰ ਤੱਕ ਸਾਫ ਹੋ ਗਿਆ ਬਾਗ ਫੇਰੀ ਇੱਕ ਦੂਜੇ ਨੂੰ ਸਦਿਓ ਨੇ ਸਵੇਰ ਹੁੰਦਿਆਂ ਅੱਜ ਸਵੇਰੇ ਚੱਲੋ ਆਪਣੀ ਪਹਿਲੀ ਉੱਤੇ ਜੇ ਤੁਸਾਂ ਮੇਵਾ ਤੋੜਨਾ ਹੈ ਫਿਰ ਤੋੜ ਪਾਓ ਤੇ ਆਪੇ ਵੀ ਚੌਲੀਓ ਲਿਆਖ ਦੇ ਨੇ ਇਨਾ ਆ ਬੜੇ ਉੱਤੇ ਅੱਜ ਤੁਸਾਂ ਕੋਲ ਕੋਈ ਭੁੱਖਾ ਮਸਕੀਨ ਇਸ ਵੇਲੇ ਵੇਲੇ ਗਏ ਨਾ ਦੇਣੇ ਉੱਤੇ ਵਾਹ ਲਾ ਕੇ ਆਪਣੇ ਮਨ ਵਿੱਚ ਫਿਰ ਜਦ ਉਹ ਡਿੱਠੋ ਨੇ ਆਖਣ ਲੱਗੇ ਅਸੀਂ ਜ਼ਰੂਰ ਰਾਹ ਭੁੱਲ ਕੇ ਆ ਗਏ ਕਿਸੇ ਹੋਰ ਥਾਂ ਫਿਰ ਸਮਝਿਓ ਨੇ ਆਖਣ ਲੱਗੇ ਬੇਨਸੀਬਾ ਉਹਨਾਂ ਵਿੱਚੋਂ ਵਿਚਾਰ ਲਾਖਣ ਲਗਾ ਕਿਉਂ ਮੈਂ ਨਹੀਂ ਆਖਿਆ ਤੁਹਾਨੂੰ ਭਾਈ ਕਿਉਂ ਨਹੀਂ ਆਖਦੇ ਅੱਲਾ ਪਾ ਕੇ ਆਖਿਓ ਨੇ ਪਾ ਕੇ ਰਬ ਸਾਡਾ ਅਸੀਂ ਜਾਂ ਜ਼ਾਲਮ ਫਿਰ ਮੂੰ ਕੀਤਾ ਇਕਨਾਂ ਨੇ ਇਕਨਾਂ ਵਾਲਾ ਆਪੇ ਵਿੱਚ ਅਲਾਮ ਦੇਣ ਲਗੇ ਆ ਕਿਉਂ ਸਾਡੀ ਖਰਾਬੀ ਏ ਅਸੀਂ ਸਾ ਹੱਦੋਂ ਟੱਪਣ ਵਾਲੇ ਉਮੀਦ ਹੈ ਜੇ ਰੱਬ ਸਾਡਾ ਬਦਲੇ ਵਿੱਚ ਦੇ ਸਾਨੂੰ ਚੰਗਾ ਇਸ ਨਾਲੋਂ ਅਸੀਂ ਜ਼ਰੂਰ ਆਪਣੇ ਰੱਬ ਦੀ ਆਸ ਰੱਖਨੇ ਆ ਹੁੰਦਾ ਹੈ ਅਜ਼ਾਬ ਤੇ ਜ਼ਰੂਰ ਅਜ਼ਾਬ ਆਖਰਤ ਦਾ ਇਹ ਤੋਂ بڑا ਏ ਜੇ ਕਦੇ ਹੋ ਹੁੰਦੇ ਜਾਣਦੇ ਬਚ ਕੇ ਤੁਰਨ ਵਾਲਿਆਂ ਲਈ ਉਹਨਾਂ ਦੇ ਰੱਬ ਕੋਲ ਜ਼ਰੂਰ ਬਾਗ ਨੇ ਨੇਮਤਾ ਦੇ ਭਲਾ ਫੇਰ ਅਸੀਂ ਕਰ ਦਿਆਂਗੇ ਹੁਕਮ ਬਰਦਾਰਾਂ ਨੂੰ ਬਰਾਬਰ ਪਾਪੀਆਂ ਦੇ ਕੀ ਹੋ ਗਿਆ ਤੁਹਾਨੂੰ ਕਈ ਗੱਲ ਠਰਾਂਦੇ ਹੋ ਪੜਾ ਤੁਸਾਂ ਕੋਲ ਕੋਈ ਕਿਤਾਬ ਹੈ ਜਿਸ ਵਿੱਚ ਪੜ ਲੈਂਦੇ ਹੋ ਕੋਈ ਤੁਸਾਂ ਲਈ ਹੈ ਉਸ ਵਿੱਚ ਵੀ ਜੋ ਤੁਸੀਂ ਪਸੰਦ ਕਰੋਗੇ ਪਲਾ ਤੁਸਾਂ ਲਈ ਕਿਸਮਤ ਤੇ ਕੌਲ ਕਰਾਰ ਨੇ ਸਾਡੇ ਜ਼ਿੰਮੇ ਪਹੁੰਚਣ ਵਾਲੇ ਦਿਨ ਕਿਆਮਤ ਤੱਕ ਭਾਈ ਬੇਸ਼ੱਕ ਤੁਹਾਨੂੰ ਮਿਲੇਗਾ ਜੋ ਹੁਕਮ ਕਰੋ ਪੁੱਛੋ ਉਹਨਾਂ ਨੂੰ ਕਿਹੜਾ ਉਹਨਾਂ ਵਿੱਚੋਂ ਇਸ ਦਾ ਜ਼ਿੰਮੇਦਾਰ ਹੈ ਲਾ ਉਹਨਾਂ ਦੇ ਕੋਈ ਸ਼ਰੀਕ ਨੇ ਤਾਂ ਲੈ ਆ ਉਹਨਾਂ ਆਪਣੇ ਸ਼ਰੀਕਾਂ ਨੂੰ ਜੇ ਉਹ ਸੱਚੇ ਨੇ ਜਿਸ ਦਿਨ ਜ਼ਾਹਿਰ ਹੋ ਜਾਏਗੀ ਹਕੀਕਤ ਤੇ ਸੱਜ ਜਾਣਗੇ ਸਜਦਾ ਕਰਨ ਨੂੰ ਫਿਰ ਨਾ ਕਰ ਸਕਣਗੇ ਨੀਵੀਆਂ ਨੇ ਅੱਖੀਆਂ ਉਹਨਾਂ ਦੀਆਂ ਚੜੀ ਜਾਂਦੀ ਐ ਉਹਨਾਂ ਉੱਤੇ ਖੁਵਾਰੀ ਤੇ ਸੱਦੇ ਜਾਂਦੇ ਹੁੰਦੇ ਸਨ ਸਜਦਾ ਕਰਨ ਨੂੰ ਜਦੋਂ ਉਹ ਸੰਨ ਚੰਗੇ ਪੜੇ ਪਰ ਉਹ ਇਨਕਾਰ ਕਰਦੇ ਹੁੰਦੇ ਸਨ ਹਬੀਬ ਹੁਣ ਛੱਡ ਦੇ ਮੇਰੇ ਉੱਤੇ ਉਸ ਨੂੰ ਜਿਹੜਾ ਝੁੱਠ ਲਾਂਦਾ ਹੁੰਦਾ ਸੀ ਇਸ ਗੱਲ ਨੂੰ ਹੁਣੇ ਅਸੀਂ ਹੌਲੀ-ਹੌਲੀ ਫੜਾਂਗੇ ਉਹਨਾਂ ਨੂੰ ਜਿੱਦੋਂ ਉਹ ਨਾ ਜਾਣਣਗੇ ਤੇ ਮੈਂ ਚਿੱਲ ਦੇਣਾ ਉਹਨਾਂ ਨੂੰ ਮੇਰਾ ਦਾਅ ਜ਼ਰੂਰ ਪੱਕਾ ਹੈ ਤੂੰ ਮੰਗਣਾ ਉਹਨਾਂ ਤੋਂ ਕੁਝ ਮਜ਼ਦੂਰੀ ਤਾਂ ਉਹ ਚੱਟੀ ਦੇ ਪਾਰ ਨਾਲ ਮਰਨ ਲੱਗੇ ਨੇ ਭਲਾ ਉਹਨਾਂ ਕੋਲ ਇਲਮ ਹੈ ਗਾਇਬ ਦਾ ਤਾਂ ਉਹ ਲਿਖ ਲੈਂਦੇ ਨੇ ਹੁਣ ਸਬਰ ਕਰ ਆਪਣੇ ਰੱਬ ਦੇ ਹੁਕਮ ਹੋਣ ਤੀਕ ਤੇ ਨਾ ਹੋ ਯੂਨਸ ਮੱਛੀ ਵਾਲੇ ਵਾਂਗੂ ਜਦ ਦੁਆ ਕੀਤੀ ਉਸੂ ਤੇ ਉਹ ਸੀ ਰਾਮ ਦਾ ਭਰਿਆ ਹੋਇਆ ਇਹ ਕਦੇ ਨਾ ਸੁਭਾਲਦਾ ਉਹਨੂੰ ਇਸਾਨ ਉਹਦੇ ਰੱਬ ਦਾ ਤਾਂ ਸੁਟਿਆ ਗਿਆ ਸੀ ਡੜੇ ਤੇ ਉਹਨੂੰ ਉਲਾਮਾ ਆਇਆ ਸੀ ਫਿਰ ਚੁਣ ਲਿਆ ਉਹਨੂੰ ਉਹਦੇ ਰੱਬ ਨੇ ਫਿਰ ਕਰ ਦਿੱਤਾ ਉਹਨੂੰ ਨੇਕ ਬਖਤਾ ਵਿੱਚੋਂ ਇਹ ਕਾਫਰ ਲੋਕ ਜਦੋਂ ਨਸੀਹਤ ਸੁਣਦੇ ਨੇ ਤੈਨੂੰ ਅਜੇ ਹੀ ਨਜ਼ਰੀ ਵੇਂਦੇ ਨੇ ਜਿਉਂ ਤੇਰੇ ਕਦਮ ਹੀ ਉਖਾੜ ਦੇਣਗੇ ਤੇ ਆਖਦੇ ਨੇ ਜ਼ਰੂਰ ਝੱਲਾ ਹੈ ਹਾਲਾਂਕਿ ਨਹੀਂ ਹੈ ਕੁਰਾਨ ਪਰ ਨਸੀਹਤ ਸਾਰੇ ਜਾਗਦੇ